ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਾਂ ਪੰਜਾਬ ਟੀਵੀ ਤੇ ਮੈਂ ਹਾਂ ਜੱਜ ਸਿੰਘ ਚਾਹਲ। ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਪਾਰਲੀਮੈਂਟ ਦੀ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਦਾਅਵਾ ਠੋਕ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਦੇ ਵੱਲੋਂ ਹੁਣ ਸੰਸਦ ਮੈਂਬਰ ਦੇ ਤੌਰ 'ਤੇ ਸਹੁੰ ਚੁੱਕੀ ਜਾਵੇਗੀ। ਜਲੰਧਰ ਦੀ ਸਿਆਸਤ ਦੇ ਵਿੱਚ ਵੱਡੇ ਉਲਟ ਫਿਰ ਹੁੰਦੇ ਦਿਖਾਈ ਦਿੰਦੇ ਨੇ। ਕੰਗਣਾ ਰਣੌਤ ਦੇ ਨਾਲ ਵਿਵਾਦ ਤੋਂ ਬਾਅਦ ਕੁਲਵਿੰਦਰ ਕੌਰ 'ਤੇ ਵੱਡਾ ਐਕਸ਼ਨ ਹੋ ਗਿਆ ਹੈ। ਬੀਬੀਆਂ ਦੇ ਖਾਤਿਆਂ ਦੇ ਵਿੱਚ ਹਜ਼ਾਰ ਹਜ਼ਾਰ ਰੁਪਈਆ ਕਦੋਂ ਪਾਇਆ ਜਾਵੇਗਾ? ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਬਿਜਲੀ ਦੀ ਕਿੱਲਤ ਨੇ ਲੋਕਾਂ ਦੀਆਂ ਚੀਕਾਂ ਕਢਵਾ ਕੇ ਰੱਖ ਦਿੱਤੀਆਂ ਨੇ। ਹੜ੍ਹਾਂ ਤੋਂ ਬਚਾਅ ਕਰਨ ਲਈ ਲੋਕਾਂ ਦੇ ਵੱਲੋਂ ਆਪਣੇ ਪੱਧਰ 'ਤੇ ਹੀ ਚੂਹਾਂ ਅਤੇ ਨਾਲਿਆਂ ਦੀਆਂ ਸਫਾਈਆਂ ਕਰਵਾਈਆਂ ਜਾਣ ਲੱਗ ਪਈਆਂ ਨੇ। ਮੌਸਮ ਮਾਹਿਰਾਂ ਨੇ 4 ਤੋਂ ਲੈ ਕੇ 8 ਜੁਲਾਈ ਤੱਕ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕਰ ਦਿੱਤੀ ਹੈ। ਤੁਹਾਨੂੰ ਸਾਰੀ ਜਾਣਕਾਰੀ ਦਿਆਂਗੇ, ਪਰ ਸਭ ਤੋਂ ਪਹਿਲਾਂ ਸ਼ੁਰੂਆਤ ਪਾਰਲੀਮੈਂਟ ਤੋਂ ਕਰਦੇ ਹਾਂ। ਲੋਕ ਸਭਾ ਦੇ ਵਿੱਚ ਭਾਸ਼ਣ ਦੇਣ ਤੋਂ ਬਾਅਦ, ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦੀ ਮਤੇ 'ਤੇ ਬੋਲਣ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਭਾਸ਼ਣ ਦਿੱਤਾ ਗਿਆ ਅਤੇ ਇਸ ਭਾਸ਼ਣ ਦੇ ਵਿੱਚ ਨਰਿੰਦਰ ਮੋਦੀ ਨੇ ਇੱਕ ਬਹੁਤ ਵੱਡਾ ਦਾਅਵਾ ਠੋਕ ਦਿੱਤਾ ਹੈ। ਨਰਿੰਦਰ ਮੋਦੀ ਨੇ ਆਖਿਆ, ਅਜੇ ਤਾਂ ਸਾਡੀ ਸਰਕਾਰ ਨੂੰ ਚੱਲਦਿਆਂ 10 ਸਾਲ ਹੀ ਹੋਏ ਨੇ, ਅਜੇ 20 ਸਾਲ ਅਸੀਂ ਹੋਰ ਦੇਸ਼ ਦੇ ਵਿੱਚ ਸਰਕਾਰ ਚਲਾਉਣੀ ਹੈ, 30 ਸਾਲ ਤੱਕ ਸਾਡੀ ਸਰਕਾਰ ਚੱਲਣੀ ਹੈ NDA ਦੀ, ਭਾਰਤੀ ਜਨਤਾ ਪਾਰਟੀ ਦੀ, ਜਿਸ ਦੇ ਵਿੱਚੋਂ ਸਿਰਫ ਅਜੇ 1/3 ਸਰਕਾਰ ਹੀ ਅਸੀਂ ਚਲਾਈ ਹੈ ਅਤੇ ਵਿਰੋਧੀਆਂ ਦੇ ਕੋਲੋਂ ਇਹ ਵੀ ਬਰਦਾਸ਼ਤ ਨਹੀਂ ਹੋ ਰਿਹਾ, ਅਜੇ 20 ਸਾਲ ਇਹਨਾਂ ਨੂੰ ਹੋਰ ਇੰਤਜ਼ਾਰ ਕਰਨਾ ਪਵੇਗਾ। ਨਰਿੰਦਰ ਮੋਦੀ ਨੇ ਆਖਿਆ, ਭਾਰਤ ਦੇ ਇਤਿਹਾਸ ਦੇ ਵਿੱਚ ਕਈ ਦਹਾਕਿਆਂ ਬਾਅਦ ਇਹ ਸਮਾਂ ਆਇਆ ਹੈ ਜਦੋਂ ਕੋਈ ਸਰਕਾਰ ਤੀਜੀ ਵਾਰ ਰਿਪੀਟ ਹੋਈ ਹੈ, ਪਰ ਵਿਰੋਧੀ ਧਿਰ ਇਸ ਨੂੰ ਸਮਝਣ ਦੇ ਵਿੱਚ ਬਿਲਕੁਲ ਨਾਕਾਮਯਾਬ ਨਜ਼ਰ ਆ ਰਹੀ ਹੈ। ਆਪਣੀਆਂ ਕਮੀਆਂ ਸਮਝਣ ਦੇ ਵਿੱਚ ਵਿਰੋਧੀ ਧਿਰ ਦੇ ਵੱਲੋਂ ਭੋਰਾ ਵੀ ਜ਼ੋਰ ਨਹੀਂ ਲਾਇਆ ਜਾ ਰਿਹਾ। ਜਦੋਂ ਨਰਿੰਦਰ ਮੋਦੀ ਨੇ ਅਜਿਹੀਆਂ ਗੱਲਾਂ ਕੀਤੀਆਂ, ਵਿਰੋਧੀ ਧਿਰਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾਣ ਲੱਗ ਪਈ, ਕਿਉਂਕਿ ਆਪਣੀ ਸਰਕਾਰ ਦੇ ਕੰਮ ਗਿਣਾ ਰਹੇ ਸਨ ਨਰਿੰਦਰ ਮੋਦੀ ਅਤੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਦੇ ਵੱਲੋਂ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਗਏ, ਝੂਠ ਬੋਲਣਾ ਬੰਦ ਕਰੋ, ਝੂਠ ਬੋਲਣਾ ਬੰਦ ਕਰੋ। ਜਦੋਂ ਇਹ ਨਾਅਰੇਬਾਜ਼ੀ 1/2 ਘੰਟੇ ਤੋਂ ਵੱਧ ਤੱਕ ਸੰਸਦ ਮੈਂਬਰਾਂ ਦੇ ਵੱਲੋਂ ਕੀਤੀ ਗਈ, ਉਸ ਤੋਂ ਬਾਅਦ ਵਿਰੋਧੀ ਧਿਰ ਇੰਡੀਆ ਗੱਠਜੋੜ ਦੇ ਵੱਲੋਂ ਰਾਜ ਸਭਾ ਦੇ ਵਿੱਚੋਂ ਵਾਕਆਊਟ ਕਰ ਦਿੱਤਾ ਗਿਆ, ਭਾਵ ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰ ਰਾਜ ਸਭਾ ਦੇ ਵਿੱਚੋਂ ਬਾਹਰ ਚਲੇ ਗਏ, ਉਹਨਾਂ ਦੇ ਵੱਲੋਂ ਬਾਈਕਾਟ ਹੀ ਕਰ ਦਿੱਤਾ ਗਿਆ। ਇਸ ਬਾਈਕਾਟ ਨੂੰ ਵੇਖਦਿਆਂ ਜੋ ਰਾਜ ਸਭਾ ਦੇ ਚੇਅਰਮੈਨ ਹਨ ਜਗਦੀਪ ਧਨਖੜ, ਉਹ ਕਾਫੀ ਜ਼ਿਆਦਾ ਗੁੱਸੇ ਦੇ ਵਿੱਚ ਆਏ ਅਤੇ ਉਹਨਾਂ ਨੇ ਵਿਰੋਧੀ ਧਿਰਾਂ ਨੂੰ ਖਰੀਆਂ ਖਰੀਆਂ ਸੁਣਾਉਣ ਦਾ ਕੰਮ ਕੀਤਾ। ਉਹਨਾਂ ਨੇ ਆਖਿਆ, ਮੈਂ ਇਸ ਕੁਰਸੀ 'ਤੇ ਬੈਠ ਕੇ ਬਹੁਤ ਦੁਖੀ ਹਾਂ, ਕਿਉਂਕਿ ਇਸ ਵਿਰੋਧੀ ਧਿਰ ਦੇ ਵੱਲੋਂ ਲਗਾਤਾਰ ਸੰਵਿਧਾਨ ਦਾ ਅਪਮਾਨ ਕੀਤਾ ਜਾ ਰਿਹਾ ਹੈ। ਆਜ਼ਾਦ ਭਾਰਤ ਦੇ ਇਤਿਹਾਸ ਦੇ ਵਿੱਚ ਇੰਨਾ ਅਪਮਾਨ ਕਦੇ ਨਹੀਂ ਹੋਇਆ ਜਿੰਨਾ ਕਿ ਇਸ ਵਿਰੋਧੀ ਧਿਰ ਨੇ ਕੀਤਾ ਹੈ। ਇਹ ਵਿਰੋਧੀ ਧਿਰ ਹੱਥਾਂ ਦੇ ਵਿੱਚ ਸੰਵਿਧਾਨ ਦੀਆਂ ਕਾਪੀਆਂ ਤਾਂ ਚੁੱਕੀ ਫਿਰਦੀ ਹੈ, ਪਰ ਸੰਵਿਧਾਨ ਦਾ ਸਨਮਾਨ ਨਹੀਂ ਕਰਦੀ ਹੈ, ਲਗਾਤਾਰ ਸਗੋਂ ਅਪਮਾਨ ਕਰ ਰਹੀ ਹੈ। ਇਸ ਕਰਕੇ ਮੈਨੂੰ ਬਹੁਤ ਦੁੱਖ ਲੱਗਾ ਹੈ। ਨਰਿੰਦਰ ਮੋਦੀ ਵੀ ਇਸ ਮੁੱਦੇ 'ਤੇ ਬੋਲੇ, ਉਹਨਾਂ ਨੇ ਆਖਿਆ, ਇਹ ਆਪਣੀ ਗੱਲ ਤਾਂ ਕਰ ਦਿੰਦੇ ਨੇ, ਪਰ ਸਾਡੀ ਗੱਲ ਸੁਣਨ ਦਾ ਇਹਨਾਂ ਦੇ ਵਿੱਚ ਮਾਦਾ ਹੀ ਹੈ ਨਹੀਂ।
ਹੌਸਲਾ ਹੀ ਹੈ ਨਹੀਂ, ਇਸੇ ਕਰਕੇ ਇਹ ਡਰ ਗਏ ਹਨ, ਇਸੇ ਕਰਕੇ ਇਹ ਭੱਜ ਗਏ ਹਨ। ਨਰਿੰਦਰ ਮੋਦੀ ਦੇ ਵੱਲੋਂ ਇਹ ਭਾਸ਼ਣ ਦਿੱਤਾ ਗਿਆ ਹੈ। ਲੋਕ ਸਭਾ ਤੋਂ ਬਾਅਦ ਹੁਣ ਰਾਜ ਸਭਾ ਦੀ ਕਾਰਵਾਈ ਨੂੰ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਕਹਿਣ ਦਾ ਮਤਲਬ ਇਹ ਹੈ ਕਿ ਸੰਸਦ ਦਾ ਇਜਲਾਸ ਖਤਮ ਹੋ ਗਿਆ ਹੈ। ਜੋ ਪਾਰਲੀਮੈਂਟੇਰੀਅਨਸ ਦੇ ਵੱਲੋਂ MPs ਦੇ ਵੱਲੋਂ ਸੌਂ ਚੁੱਕੀ ਜਾਣੀ ਸੀ ਉਹ ਕੰਮ ਵੀ ਨਿਬੜ ਗਿਆ, ਅਤੇ ਰਾਸ਼ਟਰਪਤੀ ਦੇ ਭਾਸ਼ਣ 'ਤੇ ਵੀ ਸਾਰਿਆਂ ਦੇ ਵੱਲੋਂ ਆਪੋ ਆਪਣੇ ਬਿਆਨ ਦੇ ਦਿੱਤੇ ਗਏ, ਜਿਸ ਤੋਂ ਬਾਅਦ ਇੱਕ ਵਾਰ ਸੰਸਦ ਦਾ ਇਜਲਾਸ ਮੁੱਕ ਗਿਆ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ, ਉਹਨਾਂ ਦੇ ਵੱਲੋਂ ਅਜੇ ਤੱਕ ਸਹੁੰ ਨਹੀਂ ਚੁੱਕੀ ਗਈ ਹੈ। ਬਾਕੀ ਸੰਸਦ ਮੈਂਬਰਾਂ ਨੇ ਤਾਂ ਸਹੁੰ ਚੁੱਕ ਲਈ, ਪਰ ਅੰਮ੍ਰਿਤਪਾਲ ਸਿੰਘ ਰਹਿ ਗਏ ਸਨ। ਉਹਨਾਂ ਦੇ ਬਾਰੇ 6-5 ਦੀ ਸਥਿਤੀ ਬਣੀ ਹੋਈ ਸੀ, ਪਰ ਹੁਣ ਸਥਿਤੀ ਕੁਝ ਸਾਫ਼ ਹੁੰਦੀ ਨਜ਼ਰ ਆ ਰਹੀ ਹੈ। ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਜਾਣਕਾਰੀ ਦਿੱਤੀ ਕਿ ਮੈਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਮਿਲਿਆ ਹਾਂ, ਅਤੇ ਮੈਨੂੰ ਜਾਣਕਾਰੀ ਮਿਲੀ ਹੈ ਕਿ 5 ਜੁਲਾਈ ਵਾਲੇ ਦਿਨ ਸਪੀਕਰ ਓਮ ਬਿਰਲਾ ਦੇ ਚੈਂਬਰ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਦੀ ਸਹੁੰ ਚੁਕਾਈ ਜਾਵੇਗੀ। ਪੰਜਾਬ ਸਰਕਾਰ ਦੇ ਵੱਲੋਂ ਲੋਕ ਸਭਾ ਦੇ ਸਪੀਕਰ ਨੂੰ ਜੋ ਚਿੱਠੀ ਭੇਜੀ ਗਈ ਸੀ, ਸਪੀਕਰ ਨੇ ਉਸ ਨੂੰ ਸਵੀਕਾਰ ਕਰ ਲਿਆ ਹੈ, ਅਤੇ 5 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਸੰਸਦ ਮੈਂਬਰ ਦੇ ਤੌਰ 'ਤੇ ਸਹੁੰ ਚੁੱਕੀ ਜਾਵੇਗੀ। ਵੈਸੇ ਸੰਸਦ ਦੇ ਵਿੱਚ ਇਹ ਸਹੁੰ ਚੁੱਕਣੀ ਸੀ, ਪਰ ਸੰਸਦ ਦੀ ਕਾਰਵਾਈ ਮੁਲਤਵੀ ਹੋ ਚੁੱਕੀ ਹੈ, ਇਸ ਕਰਕੇ ਸਪੀਕਰ ਦੇ ਚੈਂਬਰ ਦੇ ਵਿੱਚ, ਸਪੀਕਰ ਦੇ ਕਮਰੇ ਦੇ ਵਿੱਚ ਜਾ ਕੇ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਸਹੁੰ ਚੁੱਕੀ ਜਾ ਸਕਦੀ ਹੈ। ਜਾਣਕਾਰੀ ਸਾਹਮਣੇ ਇਹ ਆਈ ਹੈ ਕਿ 4 ਦਿਨ ਦੀ ਪਰੋਲ ਅੰਮ੍ਰਿਤਪਾਲ ਸਿੰਘ ਨੂੰ ਮਿਲੀ ਹੈ, ਅਤੇ ਇਹਨਾਂ 4 ਦਿਨਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਸੰਸਦ ਮੈਂਬਰ ਦੇ ਤੌਰ 'ਤੇ ਸਹੁੰ ਚੁੱਕ ਕੇ ਵਾਪਸ ਦਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤੇ ਜਾਣਗੇ। ਇਹ ਸਭ ਜਾਣਕਾਰੀ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਬੀਤੇ ਦਿਨੀ ਚੰਡੀਗੜ੍ਹ ਹਵਾਈ ਅੱਡੇ 'ਤੇ CISF ਦੇ ਸਟਾਫ ਮੈਂਬਰ ਕੁਲਵਿੰਦਰ ਕੌਰ ਅਤੇ ਬਾਲੀਵੁੱਡ ਅਦਾਕਾਰਾ ਭਾਜਪਾ ਦੇ MP ਕੰਗਣਾ ਰਣੌਤ ਦਾ ਵਿਵਾਦ ਹੋ ਗਿਆ ਸੀ। ਉਹ ਵਿਵਾਦ ਹੁਣ ਹੋਰ ਵੀ ਅੱਗੇ ਵੱਧ ਗਿਆ। ਜਾਂਚ ਬਿਠਾਈ ਗਈ ਸੀ, ਕੁਲਵਿੰਦਰ ਕੌਰ ਨੂੰ ਮੁਅੱਤਲ ਕੀਤਾ ਗਿਆ ਸੀ, ਅਤੇ ਹੁਣ ਇੱਕ ਵੱਡਾ ਐਕਸ਼ਨ ਵੀ ਕੀਤਾ ਗਿਆ ਹੈ। ਚੰਡੀਗੜ੍ਹ ਤੋਂ ਤਬਾਦਲਾ ਕਰ ਦਿੱਤਾ ਗਿਆ ਕੁਲਵਿੰਦਰ ਕੌਰ ਅਤੇ ਉਹਨਾਂ ਦੇ ਪਤੀ ਦਾ। ਉਹਨਾਂ ਦੇ ਪਤੀ ਵੀ CISF ਦੇ ਵਿੱਚ ਹੀ ਕੰਮ ਕਰਦੇ ਹਨ, ਅਤੇ ਦੋਵਾਂ ਦਾ ਤਬਾਦਲਾ ਚੰਡੀਗੜ੍ਹ ਤੋਂ ਬੈਂਗਲੁਰੂ ਕਰ ਦਿੱਤਾ ਗਿਆ ਹੈ। ਵੱਡਾ ਝਟਕਾ ਦਿੱਤਾ ਹੈ ਕੁਲਵਿੰਦਰ ਕੌਰ ਅਤੇ ਉਹਨਾਂ ਦੇ ਪਤੀ ਨੂੰ ਇੱਥੇ ਅਧਿਕਾਰੀਆਂ ਦੇ ਵੱਲੋਂ। ਮੁਅੱਤਲੀ ਲਗਾਤਾਰ ਜਾਰੀ ਰਹੇਗੀ ਜਿੰਨੀ ਦੇਰ ਤੱਕ ਜਾਂਚ ਦੀ ਰਿਪੋਰਟ ਸਾਹਮਣੇ ਨਹੀਂ ਆਉਂਦੀ ਹੈ। ਜਾਂਚ ਜਾਰੀ ਹੈ, ਜਾਂਚ ਦੀ ਰਿਪੋਰਟ ਜਿੰਨੀ ਦੇਰ ਤੱਕ ਸਾਹਮਣੇ ਨਹੀਂ ਆਉਂਦੀ ਹੈ ਉਨੀ ਦੇਰ ਤੱਕ ਕੁਲਵਿੰਦਰ ਕੌਰ ਮੁਅੱਤਲ ਰਹਿ ਸਕਦੇ ਹਨ। ਕੁਲਵਿੰਦਰ ਕੌਰ ਦੇ ਭਰਾ ਦੇ ਵੱਲੋਂ ਵੀ ਇਹ ਜਾਣਕਾਰੀ ਦੇ ਦਿੱਤੀ ਗਈ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਜਦੋਂ ਵੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਲੈਵਲ ਤੱਕ ਪਹੁੰਚਦਾ ਹੈ, ਉਸ ਵੇਲੇ ਪੰਜਾਬ ਦੇ ਕਿਸਾਨਾਂ ਦੇ ਸਿਰ ਸਾਰਾ ਠੀਕਰਾ ਸਾਰੀਆਂ ਸਰਕਾਰਾਂ ਦੇ ਵੱਲੋਂ ਭੰਨ ਦਿੱਤਾ ਜਾਂਦਾ ਹੈ। ਪਰਚੇ ਦਰਜ ਕੀਤੇ ਜਾਂਦੇ ਨੇ ਕਿ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਨੇ, ਇਸੇ ਕਰਕੇ ਦਿੱਲੀ ਦੇ ਵਿੱਚ ਉਹ ਸਾਰਾ ਧੂੰਆਂ ਚਲਿਆ ਜਾਂਦਾ ਹੈ, ਪਰਚੇ ਦਰਜ ਕੀਤੇ ਜਾਂਦੇ ਨੇ। ਇੱਥੋਂ ਤੱਕ ਕਿ ਜੇਲ੍ਹਾਂ ਦੇ ਵਿੱਚ ਵੀ ਕੁਝ ਕਿਸਾਨਾਂ ਨੂੰ ਸੁੱਟ ਦਿੱਤਾ ਜਾਂਦਾ ਹੈ। ਖਾਸ ਤੌਰ 'ਤੇ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ 'ਤੇ ਦਬਾਅ ਬਣਾਇਆ ਜਾਂਦਾ ਹੈ ਕਿ ਕਿਸਾਨਾਂ 'ਤੇ ਕਾਰਵਾਈ ਕਰੋ। ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਉਸਦੇ ਮੈਂਬਰ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨਹੀਂ ਹਨ। NGT ਦੇ ਮੈਂਬਰ ਸੁਧੀਰ ਅਗਰਵਾਲ, ਜਸਟਿਸ ਸੁਧੀਰ ਅਗਰਵਾਲ ਨੇ ਇਹ ਗੱਲ ਆਖੀ ਹੈ ਕਿ ਇਹ ਕਹਿਣਾ ਕਿ ਪੰਜਾਬ ਦੇ ਕਿਸਾਨ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹਨ, ਇਸ ਦੇ ਪਿੱਛੇ ਕੋਈ ਵੀ ਵਿਗਿਆਨਕ ਸਿਧਾਂਤ ਨਹੀਂ ਹੈ।
ਵਿਗਿਆਨਿਕ ਸਿਧਾਂਤ ਦਾ ਮਤਲਬ ਹੈ ਕਿ ਵਿਗਿਆਨ ਦੇ ਪੱਖ ਤੋਂ ਇਹ ਕਿਸੇ ਵੀ ਤਰੀਕੇ ਨਾਲ ਆਖਿਆ ਨਹੀਂ ਜਾ ਸਕਦਾ ਕਿ ਪੰਜਾਬ ਦੇ ਕਿਸਾਨ ਜਦੋਂ ਪਰਾਲੀ ਸਾੜਦੇ ਨੇ ਉਹ ਹਵਾ ਦਿੱਲੀ ਪਹੁੰਚਦੀ ਹੈ ਅਤੇ ਧੂੰਏ ਦੇ ਨਾਲ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਵੱਧ ਜਾਂਦਾ ਹੈ। ਇਸ ਦੇ ਪਿੱਛੇ ਕੋਈ ਵੀ ਵਿਗਿਆਨਕ ਕਾਰਨ ਸਾਹਮਣੇ ਨਹੀਂ ਆ ਰਿਹਾ ਹੈ। ਹੁਣ ਜਦੋਂ NGT ਦੇ ਮੈਂਬਰ ਨੇ ਇੰਨੀ ਵੱਡੀ ਗੱਲ ਆਖ ਦਿੱਤੀ ਤਾਂ ਪੂਰੇ ਦੇਸ਼ ਦੇ ਵਿੱਚ ਰੌਲਾ ਪੈ ਗਿਆ ਹੈ। ਖਾਸ ਤੌਰ 'ਤੇ ਕਿਸਾਨਾਂ ਦੇ ਵੱਲੋਂ ਇਸ ਮੁੱਦੇ 'ਤੇ ਟਿੱਪਣੀਆਂ ਕੀਤੀਆਂ ਗਈਆਂ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਖਿਆ, ਜਿਹੜੇ ਸਾਨੂੰ ਕੋਸਦੇ ਸਨ ਹੁਣ ਉਹ ਜ਼ਰਾ ਸੋਚਣ, ਸਾਡੇ ਸਿਰ ਜਿਹੜੇ ਠੀਕਰਾ ਭੰਨਦੇ ਸਨ, ਭਾਂਡਾ ਭੰਨਦੇ ਸਨ ਹੁਣ ਉਹ ਜ਼ਰਾ ਸੋਚਣ। ਹੁਣ ਤਾਂ NGT ਨੇ ਆਪ ਹੀ ਆਖ ਦਿੱਤਾ ਹੈ ਕਿ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨਹੀਂ, ਪਹਿਲਾਂ ਸੋਚੋ ਫਿਰ ਸਾਡੀ ਪਰਾਲੀ ਵਾਲਾ ਹੱਲ ਵੀ ਕੱਢੋ, ਅਸੀਂ ਕਿਹੜਾ ਅੱਗਾਂ ਲਾਉਣਾ ਚਾਹੁੰਦੇ ਹਾਂ, ਹੱਲ ਕੱਢੋ। ਸਾਨੂੰ ਕੋਸਦੇ ਸੀ, NGT ਨੇ ਆਖ ਦਿੱਤਾ ਹੈ ਅਸੀਂ ਜ਼ਿੰਮੇਵਾਰ ਨਹੀਂ, ਫਿਰ ਵੀ ਪਰਾਲੀ ਦਾ ਹੱਲ ਕੱਢੋ। ਸਰਵਣ ਸਿੰਘ ਪੰਧੇਰ ਦੇ ਵੱਲੋਂ ਇਹ ਮੰਗ ਸਰਕਾਰਾਂ ਦੇ ਅੱਗੇ ਰੱਖੀ ਗਈ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਨਵਦੀਪ ਜਲਬੇੜਾ, ਜਿਸ ਨੂੰ ਕਿ ਵਾਟਰ ਕੈਨਨ ਵਾਲਾ ਲੜਕਾ ਵੀ ਆਖਿਆ ਜਾਂਦਾ ਹੈ, ਹਰਿਆਣੇ ਦਾ ਕਿਸਾਨ ਆਗੂ ਹੈ, ਉਸ ਨੂੰ ਪੁਲਿਸ ਦੇ ਵੱਲੋਂ ਕੁਝ ਸਮਾਂ ਪਹਿਲਾਂ ਗ੍ਰਿਫਤਾਰ ਕਰ ਲਿਆ ਗਿਆ ਸੀ। ਨਵਦੀਪ ਦੇ ਮਾਪਿਆਂ ਦੇ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਤਸ਼ੱਦਦ ਕੀਤਾ ਜਾ ਰਿਹਾ ਹੈ ਜੇਲ੍ਹ ਦੇ ਵਿੱਚ ਨਵਦੀਪ 'ਤੇ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਐਕਸ਼ਨ ਉਲੀਕਿਆ ਗਿਆ ਹੈ। 17 ਜੁਲਾਈ ਵਾਲੇ ਦਿਨ ਅੰਬਾਲਾ ਦੇ SP ਅਤੇ DC ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਕਿਸਾਨ ਜਥੇਬੰਦੀਆਂ ਦੇ ਵੱਲੋਂ, ਤਾਂ ਜੋ ਨਵਦੀਪ ਜਲਬੇੜਾ ਨੂੰ ਛੁਡਾਇਆ ਜਾ ਸਕੇ, ਕਿਉਂਕਿ ਕਿਸਾਨ ਆਖਦੇ ਨੇ ਕਿਸਾਨਾਂ ਦੇ ਨਾਲ ਕਿੜ ਕੱਢਣ ਦੇ ਲਈ, ਆਪਣਾ ਗੁੱਸਾ ਕੱਢਣ ਦੇ ਲਈ ਹਰਿਆਣੇ ਦੀ ਸਰਕਾਰ ਦੇ ਵੱਲੋਂ ਪੁਲਿਸ ਨੂੰ ਵਰਤ ਕੇ ਨਵਦੀਪ ਦੇ ਖਿਲਾਫ ਇਹ ਐਕਸ਼ਨ ਕਰਵਾਇਆ ਜਾ ਰਿਹਾ ਹੈ। ਇਸ ਕਰਕੇ ਅਸੀਂ ਵੀ ਐਕਸ਼ਨ ਹੁਣ 17 ਤਰੀਕ ਨੂੰ ਕਰਾਂਗੇ। ਕਿਸਾਨ ਜਥੇਬੰਦੀਆਂ ਨੇ ਇਹ ਐਕਸ਼ਨ ਉਲੀਕਿਆ ਹੋਇਆ ਹੈ। ਆਲ ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਭੁਲਾਤੋ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸ਼ੰਭੂ ਬਾਰਡਰ 'ਤੇ ਪਹੁੰਚੇ। ਉਹਨਾਂ ਨੇ ਐਲਾਨ ਕੀਤਾ ਕਿ ਪਹਿਲੀ ਗੱਲ ਤਾਂ ਇਹ ਜੋ ਕਿਸਾਨਾਂ ਨੇ ਵਿਰੋਧੀ ਧਿਰ ਦੇ ਅੱਗੇ ਮੰਗ ਰੱਖੀ ਹੈ ਕਿ ਪਾਰਲੀਮੈਂਟ ਦੇ ਵਿੱਚ ਸਾਡਾ ਮੁੱਦਾ ਚੁੱਕੋ, ਅਸੀਂ ਚੁੱਕਾਂਗੇ, ਇੱਥੋਂ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ MSP ਦੀ ਕਾਨੂੰਨੀ ਗਰੰਟੀ ਲਈ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਜਾਵੇ ਸੰਸਦ ਦੇ ਵਿੱਚ, ਫਿਰ ਵੇਖਾਂਗੇ ਕੇਂਦਰ ਸਰਕਾਰ ਦੇ ਵੱਲੋਂ ਉਸ 'ਤੇ ਕੀ ਰਵੱਈਆ ਅਪਣਾਇਆ ਜਾਂਦਾ ਹੈ, ਪਹਿਲੀ ਗੱਲ। ਦੂਜੀ ਗੱਲ, ਜੋ ਨਵਦੀਪ ਜਲਬੇੜਾ ਨੂੰ ਛਡਾਉਣ ਦੇ ਲਈ ਉਸਨੂੰ ਜੋ ਤਸ਼ੱਦਦ ਕੀਤਾ ਗਿਆ ਹੈ, ਉਸਦੇ ਖਿਲਾਫ ਜੋ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 17 ਤਰੀਕ ਨੂੰ, ਅਸੀਂ ਵੀ ਉਸਦੇ ਵਿੱਚ ਸ਼ਾਮਿਲ ਹੋਵਾਂਗੇ। ਅਸੀਂ ਸਟੇਜ 'ਤੇ ਨਹੀਂ ਜਾਵਾਂਗੇ ਪਰ ਸ਼ਮੂਲੀਅਤ ਕਰਾਂਗੇ, ਬਾਕੀ ਲੋਕ ਵੀ ਇਸ ਪ੍ਰਦਰਸ਼ਨ ਦੇ ਵਿੱਚ ਸ਼ਮੂਲੀਅਤ ਕਰਨਾ। ਸੁਖਪਾਲ ਸਿੰਘ ਖਹਿਰਾ ਨੇ ਇਹ ਅਪੀਲ ਆਮ ਲੋਕਾਂ ਨੂੰ ਵੀ ਕਰ ਦਿੱਤੀ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਜਲੰਧਰ ਦੀ ਉਪ ਚੋਣ ਦੇ ਲਈ ਚੋਣਾਂ 10 ਜੁਲਾਈ ਨੂੰ ਹੋਣੀਆਂ ਨੇ ਅਤੇ ਇਸ ਤੋਂ ਪਹਿਲਾਂ ਸਿਆਸਤ ਦੇ ਵਿੱਚ ਵੱਡੇ ਉਲਟਫੇਰ ਹੁੰਦੇ ਨਜ਼ਰ ਆ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਐਲਾਨਿਆ ਬੀਬੀ ਸੁਰਜੀਤ ਕੌਰ ਨੂੰ, ਉਸ ਤੋਂ ਬਾਅਦ ਆਪਣਾ ਸਮਰਥਨ ਵਾਪਸ ਲੈ ਲਿਆ। ਬਾਗੀ ਧੜੇ ਨੇ ਆਖਿਆ ਅਸੀਂ ਚੋਣ ਲੜਾਵਾਂਗੇ। ਬੀਬੀ ਸੁਰਜੀਤ ਕੌਰ ਨੂੰ ਭਗਵੰਤ ਮਾਨ ਨੇ ਆਪ ਦੇ ਵਿੱਚ ਸ਼ਾਮਿਲ ਕਰ ਲਿਆ। 7 ਘੰਟਿਆਂ ਬਾਅਦ ਉਹ ਵਾਪਸ ਅਕਾਲੀ ਦਲ ਦੇ ਵਿੱਚ ਚਲੇ ਗਏ ਅਤੇ ਹੁਣ ਭਗਵੰਤ ਮਾਨ ਦੇ ਵੱਲੋਂ ਹੋਰ ਦਲ ਬਦਲੂਆਂ ਨੂੰ ਵੀ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। 2 ਕਾਂਗਰਸੀ ਕੌਂਸਲਰਾਂ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਕੇ ਭਗਵੰਤ ਮਾਨ ਨੇ ਆਖਿਆ ਮੇਰੇ ਕੰਮ ਚੰਗੇ ਲੱਗੇ ਨੇ ਇਹਨਾਂ ਕਾਂਗਰਸੀਆਂ ਨੂੰ। ਆਮ ਆਦਮੀ ਪਾਰਟੀ ਨੇ ਆਖਿਆ ਸਾਡੀ ਜਿੱਤ ਦਾ ਰਾਹ ਹੋਰ ਵੀ ਸੁਖਾਲਾ ਹੋ ਰਿਹਾ ਹੈ, ਪਤਾ ਹੈ ਲੋਕਾਂ ਨੂੰ ਅਸੀਂ ਜਿੱਤ ਰਹੇ ਹਾਂ, ਇਸੇ ਕਰਕੇ ਹੀ ਇਹ ਲੋਕ ਸਾਡੀ ਪਾਰਟੀ ਦੇ ਵਿੱਚ ਧੜਾ ਧੜ ਸ਼ਾਮਿਲ ਹੋ ਰਹੇ ਨੇ। ਆਮ ਆਦਮੀ ਪਾਰਟੀ ਜਲੰਧਰ ਚੋਣ ਦੇ ਵਿੱਚ ਜਿੱਤ ਦੇ ਰਾਹ 'ਤੇ ਹੈ। ਆਮ ਆਦਮੀ ਪਾਰਟੀ ਨੇ ਇਹ ਦਾਅਵਾ ਕੀਤਾ ਹੈ।
ਉੱਧਰ ਦੂਜੇ ਪਾਸੇ ਭਗਵੰਤ ਮਾਨ ਦੇ ਵੱਲੋਂ ਜਲੰਧਰ ਦੇ ਵਿੱਚ ਹੁਣ ਰੋਡ ਸ਼ੋਅ ਵੀ ਕੱਢੇ ਜਾਣ ਲੱਗ ਪਏ ਨੇ। ਭਾਜਪਾ ਤੋਂ ਲਿਆ ਕੇ ਮਹਿੰਦਰ ਭਗਤ ਨੂੰ ਆਮ ਆਦਮੀ ਪਾਰਟੀ ਨੇ ਉਮੀਦਵਾਰ ਬਣਾਇਆ ਹੈ ਅਤੇ ਆਪਣੇ ਉਮੀਦਵਾਰ ਲਈ ਰੋਡ ਸ਼ੋਅ ਕੱਢਣ ਦਾ ਕੰਮ ਭਗਵੰਤ ਮਾਨ ਲਗਾਤਾਰ ਕਰਦੇ ਨਜ਼ਰ ਆ ਰਹੇ ਨੇ। ਰੋਡ ਸ਼ੋਅ ਦੇ ਵਿੱਚ ਭਗਵੰਤ ਮਾਨ ਇਹ ਦਾਅਵਾ ਕਰ ਰਹੇ ਨੇ ਕਿ ਸ਼ੀਤਲ ਅੰਗਰਾਲ 'ਤੇ ਹੁਣ ਪਰਚੇ ਕੀਤੇ ਜਾਣਗੇ। ਸਿੱਧਾ ਸਿੱਧਾ ਹੀ ਪੰਜਾਬ ਦੇ ਮੁੱਖ ਮੰਤਰੀ ਰੋਡ ਸ਼ੋਆਂ ਦੇ ਵਿੱਚ ਆਖਦੇ ਨੇ ਸ਼ੀਤਲ ਅੰਗਰਾਲ 'ਤੇ ਪਰਚੇ ਕੀਤੇ ਜਾਣਗੇ ਅਤੇ ਇਹ ਗੱਲ ਸ਼ੀਤਲ ਅੰਗਰਾਲ ਨੂੰ ਪਤਾ ਹੈ। ਇਸੇ ਕਰਕੇ ਹੀ ਹੁਣ ਉਸਦੇ ਵੱਲੋਂ ਹੱਥ ਪੈਰ ਮਾਰੇ ਜਾ ਰਹੇ ਨੇ। ਭਗਵੰਤ ਮਾਨ ਰੋਡ ਸ਼ੋਆਂ ਦੇ ਵਿੱਚ ਸ਼ੀਤਲ ਅੰਗਰਾਲ ਨੂੰ ਚੇਤਾਵਨੀਆਂ ਦਿੰਦੇ ਨਜ਼ਰ ਆ ਰਹੇ ਨੇ। ਭਗਵੰਤ ਮਾਨ ਆਖਦੇ ਨੇ ਅਸੀਂ ਮਾੜੇ ਬੰਦੇ ਨੂੰ MLA ਬਣਾ ਦਿੱਤਾ, ਜੇਕਰ ਸ਼ੂਗਰ ਚੈੱਕ ਕਰਨ ਵਾਂਗ ਕੋਈ ਦਿਲ ਦੇ ਵਿੱਚ ਖੋੜ ਚੈੱਕ ਕਰਨ ਵਾਲੀ ਮਸ਼ੀਨ ਬਣ ਜਾਵੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਮੈਂ ਖਰੀਦਾਂਗਾ ਅਤੇ ਅਜਿਹੇ ਬੰਦਿਆਂ ਦੇ ਦਿਲਾਂ 'ਤੇ ਲਾ ਕੇ ਪਹਿਲਾਂ ਮੈਂ ਚੈੱਕ ਕਰਿਆ ਕਰਾਂਗਾ ਕਿੰਨੀ ਕੁ ਖੋਟ ਹੈ। ਅਸੀਂ ਇਸ ਨੂੰ MLA ਬਣਾਇਆ, ਇਹ ਪਹੁੰਚਾ ਨਹੀਂ ਸਕਿਆ, ਇਹ ਲੁੱਟਣ ਵਾਲੇ ਪਾਸੇ ਹੋ ਗਿਆ ਕਿ ਕਿੱਧਰੋਂ ਜ਼ਿਆਦਾ ਪੈਸੇ ਲੁੱਟੇ ਜਾ ਸਕਦੇ ਨੇ, ਪਰ ਕੋਈ ਗੱਲ ਨਹੀਂ, ਹੁਣ ਸਾਰਾ ਹਿਸਾਬ ਕਿਤਾਬ ਹੋਵੇਗਾ। ਸ਼ੀਤਲ ਅੰਗਰਾਲ 'ਤੇ ਹੁਣ ਪਰਚੇ ਕੀਤੇ ਜਾਣਗੇ, ਭਗਵੰਤ ਮਾਨ ਨੇ ਇਹ ਐਲਾਨ ਕਰ ਦਿੱਤਾ ਹੈ। ਅੱਗੇ ਵੱਧਦੇ ਹਾਂ, ਜਲੰਧਰ ਦੀ ਉਪ ਚੋਣ ਦੇ ਵਿੱਚ ਵੀ ਲੋਕਾਂ ਦੇ ਵੱਲੋਂ ਉਹੀ ਸਵਾਲ ਆਮ ਆਦਮੀ ਪਾਰਟੀ ਨੂੰ ਪੁੱਛਿਆ ਜਾ ਰਿਹਾ ਹੈ ਸਭ ਤੋਂ ਜ਼ਿਆਦਾ, ਜੋ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੀ ਪੁੱਛਿਆ ਜਾ ਰਿਹਾ ਸੀ, ਬੀਬੀਆਂ ਦੇ ਖਾਤਿਆਂ ਦੇ ਵਿੱਚ ਹਜ਼ਾਰ ਹਜ਼ਾਰ ਰੁਪਈਆ ਕਦੋਂ ਪਾਇਆ ਜਾਵੇਗਾ। ਇਸ 'ਤੇ CM ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਬੋਲ ਪਏ ਹਨ ਕਿਉਂਕਿ ਉਹ ਵੀ ਲੋਕਾਂ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਵੋਟਾਂ ਮੰਗ ਰਹੇ ਨੇ, ਖਾਸ ਤੌਰ 'ਤੇ ਬੀਬੀਆਂ ਤੋਂ। ਡਾਕਟਰ ਗੁਰਪ੍ਰੀਤ ਕੌਰ ਨੇ ਆਖਿਆ, ਬੀਬੀਓ ਤੁਹਾਡੀਆਂ ਅੱਖਾਂ ਵੇਖ ਕੇ ਮੈਨੂੰ ਪਤਾ ਲੱਗ ਰਿਹਾ ਹੈ ਤੁਸੀਂ ਪੁੱਛਣਾ ਚਾਹੁੰਦੀਆਂ ਹੋ ਕਿ ਸਾਡੇ ਖਾਤਿਆਂ ਦੇ ਵਿੱਚ ਹਜ਼ਾਰ ਰੁਪਈਆ ਕਦੋਂ ਆਵੇਗਾ। ਮੈਂ ਮੁੱਖ ਮੰਤਰੀ ਦੀ ਪਤਨੀ ਹੋਣ ਦੇ ਨਾਤੇ ਤੁਹਾਨੂੰ ਇਹ ਭਰੋਸਾ ਦਿਵਾਉਂਦੀ ਹਾਂ, ਸਾਨੂੰ ਵੋਟਾਂ ਪਾ ਦਿਓ, ਛੇਤੀ ਛੇਤੀ ਹੀ ਤੁਹਾਡੇ ਖਾਤਿਆਂ ਦੇ ਵਿੱਚ ਹਜ਼ਾਰ ਹਜ਼ਾਰ ਰੁਪਈਆ ਸਾਡੀ ਸਰਕਾਰ ਦੇ ਵੱਲੋਂ ਪਾ ਦਿੱਤਾ ਜਾਵੇਗਾ। ਲੋਕ ਸਭਾ ਚੋਣਾਂ ਦੇ ਵੇਲੇ ਵੀ ਡਾਕਟਰ ਗੁਰਪ੍ਰੀਤ ਕੌਰ ਨੇ ਇਹ ਦਾਅਵਾ ਕੀਤਾ ਸੀ ਕਿ ਮੇਰੇ ਘਰ ਵਾਲੇ ਨੇ ਸਾਰੀ ਸਕੀਮ ਬਣਾ ਲਈ ਹੈ, ਸਾਰੀ ਯੋਜਨਾ ਤਿਆਰ ਕਰ ਲਈ ਹੈ, ਲੋਕ ਸਭਾ ਚੋਣਾਂ ਤੋਂ ਐਨ ਬਾਅਦ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਪਾ ਦਿੱਤੇ ਜਾਣਗੇ, ਬਸ ਤੁਸੀਂ ਸਾਨੂੰ ਇੱਕ ਵਾਰ ਵੋਟਾਂ ਪਾ ਦਿਓ। ਅਤੇ ਜਲੰਧਰ ਦੀ ਉਪ ਚੋਣ ਦੇ ਵਿੱਚ ਵੀ ਡਾਕਟਰ ਗੁਰਪ੍ਰੀਤ ਕੌਰ ਬੀਬੀਆਂ ਨੂੰ ਇਹੀ ਅਪੀਲਾਂ ਕਰ ਰਹੇ ਨੇ, ਬਸ ਵੋਟਾਂ ਪਾ ਦਿਓ, ਖਾਤਿਆਂ ਦੇ ਵਿੱਚ ਪੈਸੇ ਪਾਉਣਾ ਸਾਡਾ ਕੰਮ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। ਹੁਣ ਜਦੋਂ ਜਲੰਧਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਉੱਧਰ CM ਨੇ ਘਰ ਵੀ ਲੈ ਲਿਆ ਹੈ ਤਾਂ ਜਲੰਧਰ ਧਰਨਿਆਂ ਦਾ ਗੜ੍ਹ ਬਣ ਗਿਆ ਹੈ। ਜ਼ਬਰਦਸਤ ਲਹਿਰ ਚੱਲੀ ਪਈ ਹੈ ਜਲੰਧਰ ਦੇ ਵਿੱਚ ਧਰਨਿਆਂ ਦੀ। 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਈਬ੍ਰੇਰੀਅਨ ਫਰੰਟ ਜਿਹੜਾ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਗੰਭੀਰਪੁਰ ਦੇ ਵਿੱਚ ਧਰਨਾ ਲਾ ਕੇ ਬੈਠਾ ਸੀ, ਉਹ ਵੀ ਜਲੰਧਰ ਪਹੁੰਚ ਗਿਆ ਹੈ ਅਤੇ ਉਸਦੇ ਵੱਲੋਂ ਵੀ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਲੰਧਰ ਦੇ ਵਿੱਚ। ਪਹਿਲਾਂ ਤਾਂ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਗਿਆ, ਇਹਨਾਂ ਦਾ ਮੋਬਾਈਲ ਵੀ ਬੰਦ ਕਰਵਾ ਦਿੱਤਾ ਗਿਆ ਜਦੋਂ ਇਹਨਾਂ ਨੇ ਫੇਸਬੁੱਕ 'ਤੇ ਲਾਈਵ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਚੁੱਕ ਕੇ ਬੱਸਾਂ ਦੇ ਵਿੱਚ ਸੁੱਟਿਆ ਗਿਆ ਪੁਲਿਸ ਦੇ ਵੱਲੋਂ। ਬੱਸ ਦੇ ਵਿੱਚ ਬੈਠ ਕੇ ਜਦੋਂ ਪ੍ਰਦਰਸ਼ਨਕਾਰੀ ਵੀਡੀਓ ਬਣਾ ਰਹੇ ਸਨ ਕਿ ਵੇਖੋ ਸਾਡੇ ਨਾਲ ਧੱਕਾ ਹੋ ਰਿਹਾ ਹੈ, ਤਾਂ ਧੱਕੇ ਨਾਲ ਪੁਲਿਸ ਵਾਲਿਆਂ ਦੇ ਵੱਲੋਂ ਇਹਨਾਂ ਦਾ ਫੋਨ, ਮੋਬਾਈਲ, ਵੀਡੀਓ ਇੱਕ ਵਾਰ ਫਿਰ ਤੋਂ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਵਿਰੋਧੀ ਧਿਰਾਂ ਨੇ ਇਸ ਨੂੰ ਇੱਕ ਮੁੱਦਾ ਬਣਾ ਲਿਆ ਹੈ। ਅਕਾਲੀ ਆਗੂ ਬਿਕਰਮ ਮਜੀਠੀਆ ਨੇ ਆਪਣੇ ਫੇਸਬੁੱਕ ਪੇਜ 'ਤੇ ਇਹ ਵੀਡੀਓ ਪਾ ਦਿੱਤੀ ਹੈ ਅਤੇ ਉਹ ਆਖਦੇ ਨੇ ਵੇਖੋ ਭਗਵੰਤ ਮਾਨ ਦੇ ਵੱਲੋਂ ਪੁਲਿਸ ਦੇ ਜ਼ਰੀਏ ਲੋਕਾਂ ਦੇ ਨਾਲ ਪ੍ਰਦਰਸ਼ਨਕਾਰੀਆਂ ਦੇ ਨਾਲ ਧੱਕਾ ਕਰਵਾਇਆ ਜਾ ਰਿਹਾ ਹੈ, ਵਾਅਦੇ ਪੂਰੇ ਨਹੀਂ ਕੀਤੇ ਅਤੇ ਹੁਣ ਜਦੋਂ
ਲੋਕ ਪ੍ਰਦਰਸ਼ਨ ਕਰਦੇ ਨੇ ਤਾਂ ਇਹ ਧੱਕੇ ਕਰਦੇ ਹਨ। ਵਿਰੋਧੀਆਂ ਨੇ ਇਸ ਨੂੰ ਮੁੱਦਾ ਬਣਾ ਲਿਆ ਹੈ। ਸਿਰਫ 1158 ਫਰੰਟ ਹੀ ਨਹੀਂ, ਹੋਰ ਵੀ ਬਹੁਤ ਸਾਰੇ ਜੋ ਫਰੰਟ ਹਨ, ਜਿਵੇਂ ਕਿ ਅਧਿਆਪਕਾਂ ਦੇ ਫਰੰਟ ਨੇ, ਮਿਡ ਡੇ ਮੀਲ ਵਰਕਰਾਂ ਦੇ ਫਰੰਟ ਹਨ, ਨਸ਼ਾ ਮੁਕਤੀ ਕੇਂਦਰਾਂ ਦੇ ਕਰਮਚਾਰੀ ਹਨ, ਲਤੀਫਪੁਰੇ ਵਿੱਚ ਉਜਾੜੇ ਗਏ ਲੋਕ ਹਨ, ਵੈਟਨਰੀ ਵਿਭਾਗਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਹਨ। ਇਹਨਾਂ ਸਾਰਿਆਂ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਅਸੀਂ ਵਾਰੀ ਵਾਰੀ ਜਲੰਧਰ ਦੇ ਵਿੱਚ ਆਪ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਾਂਗੇ, ਜਿਸ ਦਾ ਖਾਮਿਆਜ਼ਾ ਨਿਸ਼ਚਿਤ ਹੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਪੰਜਾਬ ਦੀ ਕਾਨੂੰਨ ਵਿਵਸਥਾ ਬਹੁਤ ਵਧੀਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ DGP ਗੌਰਵ ਯਾਦਵ ਇਹ ਦਾਅਵਾ ਕਰਦੇ ਨੇ, ਪਰ ਜ਼ਮੀਨੀ ਪੱਧਰ 'ਤੇ ਅਜਿਹਾ ਨਹੀਂ ਜਾਪ ਰਿਹਾ। ਫਿਰੌਤੀਆਂ ਮੰਗਣ ਦਾ ਦੌਰ ਲਗਾਤਾਰ ਜਾਰੀ ਹੈ। ਖਬਰ ਸਾਹਮਣੇ ਆਈ ਹੈ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਚੋਲਾ ਸਾਹਿਬ ਤੋਂ, ਜਿੱਥੇ ਇੱਕ ਦੁਕਾਨਦਾਰ ਤੋਂ ਕੁਝ ਦਿਨ ਪਹਿਲਾਂ ਸੱਤਾ ਨਸ਼ਹਿਰਾ ਦੇ ਨਾਂ 'ਤੇ ਫੋਨ ਕਰਕੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਇਸ ਦੁਕਾਨਦਾਰ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ, ਪਰ ਹੁਣ ਦਿਨ ਦਿਹਾੜੇ ਇਸ ਦੀ ਦੁਕਾਨ 'ਤੇ ਆ ਕੇ ਦੁਕਾਨਦਾਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਹਨ। 3:30 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਆਏ। ਇਹ ਦੁਕਾਨਦਾਰਾਂ ਨੇ ਜਾਣਕਾਰੀ ਦਿੱਤੀ ਜੋ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਨੇ। ਦੁਕਾਨਦਾਰਾਂ ਨੇ ਆਖਿਆ 3:30 ਵਜੇ ਦੁਪਹਿਰੇ ਹੀ ਦੋ ਮੋਟਰਸਾਈਕਲ ਸਵਾਰ ਆਏ ਅਤੇ ਉਹਨਾਂ ਦੇ ਵੱਲੋਂ ਦੁਕਾਨਦਾਰ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਹੁਣ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੈ ਦੁਕਾਨਦਾਰ। ਦੁਕਾਨਦਾਰਾਂ ਦੇ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਪ੍ਰਸ਼ਾਸਨ ਦੇ ਖਿਲਾਫ਼, ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਕਿ ਸਾਨੂੰ ਸੁਰੱਖਿਅਤ ਮਾਹੌਲ ਚਾਹੀਦਾ, ਇਹ ਕੰਮ ਨਹੀਂ ਕਰਨਾ, ਰੋਟੀ ਨਹੀਂ ਖਾਣੀ, ਇੰਝ ਪੈਸੇ ਮੰਗਣਗੇ ਨਾ ਦੇਵਾਂਗੇ, ਗੋਲੀਆਂ ਮਾਰ ਜਾਣਗੇ, ਕਿੱਥੇ ਰਹਿ ਰਹੇ ਹਾਂ, ਕੀ ਹੋ ਗਿਆ ਸਾਡੇ ਪੰਜਾਬ ਨੂੰ। ਪੁਲਿਸ ਨੇ ਆਖਿਆ ਕੋਈ ਗੱਲ ਨਹੀਂ, ਅਸੀਂ ਜਾਂਚ ਕਰ ਰਹੇ ਹਾਂ, ਛੇਤੀ ਤੋਂ ਛੇਤੀ ਇਹਨਾਂ ਗੁੰਡਿਆਂ ਨੂੰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਇਹਨਾਂ ਨੂੰ ਫੜ ਲਿਆ ਜਾਵੇਗਾ, ਪੁਲਿਸ ਨੇ ਇਹ ਦਾਅਵਾ ਕੀਤਾ ਹੈ। ਅਗਲੀ ਖਬਰ ਦੇ ਵੱਲ ਵਧਦੇ ਹਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਬਰਸਾਤਾਂ ਆਉਣ ਤੋਂ ਪਹਿਲਾਂ ਹੀ ਮੈਂ ਹੁਣ ਨਹਿਰਾਂ ਅਤੇ ਨਾਲਿਆਂ ਚੋਆਂ ਦੀਆਂ ਸਫਾਈਆਂ ਦੇ ਹੁਕਮ ਦੇ ਦਿੱਤੇ ਨੇ, ਕਿਉਂਕਿ ਹੜ੍ਹ ਆਉਣ ਤੋਂ ਬਾਅਦ ਦੌਰੇ ਕਰਨ ਦਾ ਕੋਈ ਫਾਇਦਾ ਨਹੀਂ, ਮੈਂ ਪਹਿਲਾਂ ਹੀ ਦੌਰੇ ਕਰ ਰਿਹਾ ਹਾਂ, ਪਰ ਅਜਿਹਾ ਕੁਝ ਜ਼ਮੀਨੀ ਪੱਧਰ 'ਤੇ ਨਜ਼ਰ ਨਹੀਂ ਆ ਰਿਹਾ। ਹੁਣ ਟ੍ਰਿਬਿਊਨ ਦੀ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਮੁਤਾਬਕ ਗੜਸ਼ੰਕਰ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਆਪਣੇ ਪੱਧਰ 'ਤੇ ਹੀ ਪੈਸੇ ਇਕੱਠੇ ਕਰਕੇ ਚੋਆਂ ਦੀਆਂ ਸਫਾਈਆਂ ਕੀਤੀਆਂ ਜਾ ਰਹੀਆਂ ਨੇ। ਇਹਨਾਂ ਪਿੰਡਾਂ ਦੇ ਲੋਕ ਆਖਦੇ ਨੇ ਕਿ ਪ੍ਰਸ਼ਾਸਨ ਦੇ ਕੋਲ ਅਸੀਂ ਬੜੀ ਵਾਰ ਜਾ ਚੁੱਕੇ ਹਾਂ, ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਹੈ। ਕਿਹੜੇ ਪਿੰਡ? ਭਾਤਪੁਰ, ਬੱਠਲਾ, ਭਰੋਵਾਲ, ਹੇਲਰਾਂ, ਦਦਿਆਲ, ਜੱਸੋਵਾਲ, ਪੱਦੀ ਸੂਰਾਂ ਸਿੰਘ ਆਦਿ ਦੇ ਵਸਨੀਕ ਜਿਹੜੇ ਨੇ, ਇਹਨਾਂ ਨੇ ਆਖਿਆ ਹੁਣ ਅਸੀਂ ਆਪ ਹੀ ਪੈਸੇ ਇਕੱਠੇ ਕਰਕੇ ਆਪੇ ਹੀ ਸਫਾਈ JCB ਮਸ਼ੀਨਾਂ ਦੇ ਨਾਲ ਚੋਦੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹੜ੍ਹਾਂ ਤੋਂ ਅਸੀਂ ਬਚ ਸਕੀਏ। ਜਦੋਂ ਹੜ੍ਹ ਆ ਜਾਂਦੇ ਨੇ ਫਿਰ ਸਾਨੂੰ ਮੁਆਵਜ਼ੇ ਮੰਗਣੇ ਪੈਂਦੇ ਨੇ, ਸਾਡਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ, ਇਸ ਕਰਕੇ ਅਸੀਂ ਪਹਿਲਾਂ ਆਪ ਹੀ ਪੈਸੇ ਇਕੱਠੇ ਕਰਕੇ ਚੋਦੀ ਸਫਾਈ ਸ਼ੁਰੂ ਕਰ ਦਿੱਤੀ ਹੈ। ਪਿੰਡਾਂ ਦੇ ਲੋਕਾਂ ਨੇ ਸਰਕਾਰ ਦੇ ਖਿਲਾਫ਼ ਇਸ ਮੌਕੇ ਭੜਾਸ ਵੀ ਕੱਢੀ ਹੈ ਕਿ ਸਰਕਾਰ ਇਸ ਪਾਸੇ ਵੱਲ ਧਿਆਨ ਕਿਉਂ ਨਹੀਂ ਦਿੰਦੀ। ਅੱਗੇ ਵੱਧਦੇ ਹਾਂ। ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ, ਜਿਨ੍ਹਾਂ ਇਲਾਕਿਆਂ ਦੇ ਵਿੱਚ ਮੀਂਹ ਨਹੀਂ ਪੈਂਦਾ ਉੱਥੇ ਹੁੰਮਸ ਦਾ ਸਾਹਮਣਾ, ਗਲ ਘੋਟੂ ਹੁੰਮਸ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਉੱਧਰ ਦੂਜੇ ਪਾਸੇ ਬਿਜਲੀ ਦੀ ਕਿੱਲਤ ਨੇ ਲੋਕਾਂ ਦੀਆਂ ਚੀਕਾਂ ਕਢਵਾ ਕੇ ਰੱਖ ਦਿੱਤੀਆਂ ਨੇ। ਤਸਵੀਰਾਂ ਸਾਹਮਣੇ ਆਈਆਂ ਲੁਧਿਆਣਾ ਦੇ ਆਤਮ ਨਗਰ ਹਲਕੇ ਦੇ ਮਨਜੀਤ ਨਗਰ ਇਲਾਕੇ ਤੋਂ, ਜਿੱਥੋਂ ਦੇ ਲੋਕ ਆਖਦੇ ਨੇ 28 ਘੰਟੇ ਹੋ ਗਏ ਸਾਡੇ ਇਲਾਕੇ ਦੇ ਵਿੱਚ ਬਿਜਲੀ ਹੈ ਨਹੀਂ, ਬੱਚੇ ਮਾਰਨੇ ਸਾਡੇ
ਪੀਣ ਲਈ ਪਾਣੀ ਨਹੀਂ ਹੈਗਾ, ਪਾਣੀ ਵੀ ਨਹੀਂ ਆਇਆ, ਨਹਾਉਣ ਨੂੰ ਪਾਣੀ ਨਹੀਂ ਹੈਗਾ, ਇੰਨੀ ਗਰਮੀ ਹੈ, ਲੋਕਾਂ ਨੇ ਪਿੱਟੇ ਲੋਕ, ਪਿੱਟ ਸਿਆਪਾ ਕੀਤਾ ਅਤੇ ਸਿੱਧਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਦੱਸਿਆ। ਬੀਬੀਆਂ ਨੇ ਪਿੱਟ ਪਿੱਟ ਕੇ ਆਖਿਆ, ਭਗਵੰਤ ਮਾਨਾ ਇੰਜ ਨਾ ਕਰ, ਸਾਡੀਆਂ ਬਦਦੁਆਵਾਂ ਲੱਗਣੀਆਂ ਤੈਨੂੰ। ਇਹ ਭਾਸ਼ਾ ਇੱਥੇ ਬੀਬੀਆਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਵਰਤੀ ਗਈ ਹੈ। ਆਪ ਵਿਧਾਇਕ ਕੁਲਵੰਤ ਸਿੱਧੂ ਮੌਕੇ 'ਤੇ ਪਹੁੰਚ ਗਏ ਲੋਕਾਂ ਦੇ ਕੋਲ, ਉਸੇ ਵੇਲੇ ਉਹ ਪਹੁੰਚ ਗਏ, ਉਸੇ ਵੇਲੇ ਹੀ ਉਹਨਾਂ ਦੇ ਵੱਲੋਂ ਬਿਜਲੀ ਮਹਿਕਮੇ ਦੇ ਅਫਸਰਾਂ ਨੂੰ ਫੋਨ ਲਾਇਆ ਗਿਆ ਅਤੇ ਆਖਿਆ ਗਿਆ ਘੰਟੇ ਦੇ ਵਿੱਚ ਵਿੱਚ ਇਸ ਇਲਾਕੇ ਦੇ ਵਿੱਚ ਬਿਜਲੀ ਬਹਾਲ ਹੋਣੀ ਚਾਹੀਦੀ ਹੈ। ਪਰ ਵਿਧਾਇਕ ਨੂੰ ਵੀ ਇੱਥੇ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਗਿਆ, ਕਿਉਂਕਿ ਲੋਕ ਬਿਜਲੀ ਦੀ ਕਿੱਲਤ ਦੇ ਕਰਕੇ ਅੱਕੇ ਹੀ ਬਹੁਤ ਸਨ। ਅਗਲੀ ਖਬਰ ਦੇ ਵੱਲ ਵੱਧਦੇ ਹਾਂ। 4 ਜੁਲਾਈ ਤੋਂ ਲੈ ਕੇ 8 ਜੁਲਾਈ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਮੌਸਮ ਮਾਹਿਰਾਂ ਦੇ ਵੱਲੋਂ ਕਰ ਦਿੱਤੀ ਗਈ ਹੈ। ਸਿਰਫ ਪੰਜਾਬ ਹੀ ਨਹੀਂ, ਨਾਲ ਲੱਗਦੇ ਸੂਬਿਆਂ ਦੇ ਵਿੱਚ ਵੀ ਭਾਰੀ ਜਾਂ ਫਿਰ ਉਸ ਤੋਂ ਵੀ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਇਹ 4 ਦਿਨ ਲਈ ਕਰ ਦਿੱਤੀ ਗਈ ਹੈ। ਕਿਹੜੇ ਇਲਾਕੇ? ਜੰਮੂ ਕਸ਼ਮੀਰ, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਇਹਨਾਂ ਇਲਾਕਿਆਂ ਦੇ ਵਿੱਚ ਪੱਛਮੀ ਗੜਬੜ ਦੇ ਨਾਲ ਮੌਨਸੂਨ ਦੀ ਟੱਕਰ ਹੋ ਸਕਦੀ ਹੈ। ਇਸ ਕਰਕੇ ਪਹਾੜੀ ਇਲਾਕਿਆਂ ਦੇ ਵਿੱਚ ਬੱਦਲ ਵੀ ਫਟ ਸਕਦੇ ਨੇ। ਜਿਹੜੇ ਨਾਲੇ ਚੋ ਆਦਿ ਹਨ ਪੰਜਾਬ ਦੇ ਵਿੱਚ, ਉਹ ਪੂਰੇ ਭਰ ਕੇ ਚੱਲ ਸਕਦੇ ਨੇ। ਇਸ ਕਰਕੇ ਲੋਕਾਂ ਨੂੰ ਆਪਣਾ ਬਚਾਅ ਰੱਖਣਾ ਚਾਹੀਦਾ ਹੈ। ਪਹਾੜਾਂ ਦੇ ਵਿੱਚ ਜਾਣ ਤੋਂ ਬਚੋ, ਜਿਹੜੇ ਗਏ ਹਨ ਉਹ ਵਾਪਸ ਆ ਜਾਓ। ਮੌਸਮ ਮਾਹਿਰਾਂ ਨੇ ਇਹ ਸਲਾਹ ਵੀ ਦੇ ਦਿੱਤੀ ਹੈ। ਨਾਲ ਦੀ ਨਾਲ ਮਾਝਾ, ਦੁਆਬਾ, ਪੁਆਧ ਅਤੇ ਮਾਲਵੇ ਦੇ ਕੁਝ ਹਿੱਸਿਆਂ ਦੇ ਵਿੱਚ, ਕੁਝ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਅਤੇ ਜਿੱਥੇ ਜਿੱਥੇ ਇਹ ਮੀਂਹ ਪਵੇਗਾ ਉੱਥੇ ਹੁੰਮਸ ਤੋਂ ਰਾਹਤ 4 ਜੁਲਾਈ ਤੋਂ 8 ਜੁਲਾਈ ਤੱਕ ਲੋਕਾਂ ਨੂੰ ਮਿਲ ਸਕਦੀ ਹੈ। ਇਹ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ। ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ। ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ, ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ ਵੀ ਰਾਏ ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਫੇਸਬੁੱਕ 'ਤੇ ਪੇਜ ਲਾਈਕ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਪੰਜਾਬ TV, ਹਰ ਖਬਰ ਦਾ ਸੱਚ।